ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸਨਰੀ 'ਤੇ। ਤਾਂ ਦੋਸਤੋ, ਜਿੱਦਾਂ ਕਿ ਕਰਨ ਔਜਲਾ ਦੇ ਸਾਥੀਆਂ ਵੱਲੋਂ ਕਿਹਾ ਗਿਆ ਸੀ ਕਿ ਉਹ 3 ਜਾਂ 4 ਦਿਨ ਦੇ ਅੰਦਰ ਅੰਦਰ ਐਲਬਮ ਬਾਰੇ ਕੁਝ ਜਾਣਕਾਰੀ ਸ਼ੇਅਰ ਕਰਨਗੇ, ਲੇਕਿਨ ਹਜੇ 2 ਤੋਂ 3 ਵੱਜ ਚੁੱਕੇ ਸੀ, ਲੇਕਿਨ ਕੋਈ ਵੀ ਜਾਣਕਾਰੀ ਨਾ ਆਉਣ 'ਤੇ ਕਰਨ ਔਜਲਾ ਦੇ ਫੈਨ ਕਾਫੀ ਨਿਰਾਸ਼ ਹੋ ਗਏ। ਅਤੇ ਦੋਸਤੋ, ਇਸ ਚੀਜ਼ ਨੂੰ ਦੇਖਦੇ ਉਸਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਸਟੋਰੀ ਪਾ ਕੇ ਦੱਸਿਆ ਕਿ ਜੋ ਟਰੈਕ ਲਿਸਟ ਹੈ ਐਲਬਮ ਦੀ ਉਹ ਕੱਲ੍ਹ ਆਵੇਗੀ। ਅਤੇ ਉਸਨੇ ਇੱਕ ਸਵਾਲ ਵੀ ਕੀਤਾ ਕਿ ਤੁਸੀਂ ਕੀ ਚਾਹੁੰਦੇ ਹੋ, ਪੂਰੀ ਐਲਬਮ ਇਕੱਠੀ ਰਿਲੀਜ਼ ਕਰ ਦੇਵਾਂ ਜਾਂ ਫਿਰ ਇੱਕ ਗਾਣਾ ਆਪਣਾ ਮਨ ਪਸੰਦੀਦਾ ਕਰਕੇ ਦੈਨ ਐਲਬਮ ਥੋੜ੍ਹਾ ਰੋਕ ਕੇ ਰਿਲੀਜ਼ ਕਰਾਂ। ਦੋਸਤੋ, ਮੈਂ ਵੀ 58% ਲੋਕਾਂ ਦੇ ਨਾਲ ਉਸੇ ਚੀਜ਼ ਨੂੰ ਵੋਟ ਕੀਤਾ ਕਿ ਮੈਨੂੰ ਵੀ ਐਲਬਮ ਸਾਰੀ ਇਕੱਠੀ ਚਾਹੀਦੀ ਹੈ। ਤਾਂ ਦੋਸਤੋ, ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ, ਸਿੱਧੂ ਮੂਸੇਵਾਲਾ ਨੇ ਆਪਣੇ ਸਪੋਟੀਫਾਈ ਦੇ ਉੱਪਰ 4 ਮਿਲੀਅਨ ਫੋਲੋਅਰਸ ਕੰਪਲੀਟ ਕਰ ਚੁੱਕਿਆ ਹੈ। ਅਤੇ ਨਾਲ ਹੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੇ ਹਾਂ ਕਿ ਅੱਜ ਤੋਂ 1 ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦੇ 30 ਜੂਨ 2020 ਨੂੰ ਇੰਸਟਾਗ੍ਰਾਮ ਦੇ ਉੱਪਰ 4 ਮਿਲੀਅਨ ਫੋਲੋਅਰ ਸਨ। ਅਤੇ ਦੋਸਤੋ, 1 ਸਾਲ ਦੇ ਅੰਦਰ ਅੰਦਰ ਹੀ ਉਸਨੇ 2.2 ਮਿਲੀਅਨ ਫੋਲੋਅਰ ਗੇਨ ਕਰ ਲਏ ਅਤੇ ਕੱਲ੍ਹ ਯਾਨੀ ਕਿ 30 ਜੂਨ 2021 ਵਿੱਚ ਉਸਦੇ 6.2 ਮਿਲੀਅਨ ਫੋਲੋਅਰ ਹੋ ਗਏ। ਸੋ ਦੋਸਤੋ, ਅੱਜ ਦੀ ਵੀਡੀਓ ਵਿੱਚ ਇੰਨੇ ਦੀ। ਜੇਕਰ ਤੁਹਾਨੂੰ ਵੀਡੀਓ ਲੱਗੀ ਤਾਂ ਵੀਡੀਓ ਲਾਈਕ ਅਤੇ ਇੱਦਾਂ ਦੀ ਹੋਰ ਨਾ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।